ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਿਕ ਸ਼੍ਰੀਮਤੀ ਰਮਾ ਚੋਪੜਾ ਪਿਛਲੇ ਦਿਨੇ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਰਾਜੀਵ ਚੋਪੜਾ, ਸੰਗੀਤਾ ਚੋਪੜਾ, ਰਜਤ ਚਤਰਥ, ਅਨਿਲ ਚਤਰਥ, ਰੰਜੂ ਸੇਠੀ, ਜਸ਼ਪਾਲ ਸੇਠੀ, ਵਿਦੁਰ ਚੋਪੜਾ, ਰਿਧਿਮਾ ਚੋਪੜਾ, ਵਰੁਣ ਚੋਪੜਾ, ਮਿਸ਼ਾ ਚੋਪੜਾ, ਖਵਾਹਿਸ਼ ਚੋਪੜਾ, ਕ੍ਰਿਸ਼ਿਵ ਸ਼ਿਨਾਇਆ, ਚੰਦਰਾਂਸ਼ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਸ਼੍ਰੀ ਮਹਾਵੀਰ ਜੈਨ ਭਵਨ ਕਪੂਰਥਲਾ ਚੌਂਕ ਜਲੰਧਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਉੱਘੇ ਭਜਨ ਗਾਇਕਾ ਸੀਮਾ ਮਹਿਤਾ ਜੀ ਵੱਲੋਂ ਆਪਣੇ ਭਜਨ ਰਾਹੀਂ ਸੰਗਤਾਂ ਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸ਼੍ਰੀਮਤੀ ਰਮਾ ਚੋਪੜਾ ਜੀ ਦਾ ਜਨਮ ਪਿਤਾ ਸ਼੍ਰੀ ਜੀਵਨ ਲਾਲ ਵਧਾਵਨ ਜੀ ਦੇ ਘਰ, ਮਾਤਾ ਸ਼੍ਰੀਮਤੀ ਪੂਰਨ ਦੇਈ ਜੀ ਦੀ ਕੁੱਖੋਂ ਸ਼ੇਖੂਪੁਰਾ ਪਾਕਿਸਤਾਨ ਵਿਖੇ 25 ਫਰਵਰੀ 1935 ਨੂੰ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਸੁਗਟ, ਸਿਆਣੇ ਅਤੇ ਹੋਣਹਾਰ ਪ੍ਰਤਿਭਾ ਦੇ ਮਾਲਿਕ ਸਨ। ਆਪ ਜੀ ਦਾ ਵਿਆਹ ਸ਼੍ਰੀ ਮਨਮੋਹਨ ਚੋਪੜਾ ਜੀ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਦਾਰੀਆਂ ਨੂੰ ਬਖੂਬੀ ਨਿਭਾਇਆ। ਆਪ ਜੀ ਦੇ ਘਰ ਬੱਚਿਆਂ ਰਾਜੀਵ ਚੋਪੜਾ, ਰਜਤ ਚਤਰਥ ਅਤੇ ਰੰਜੂ ਸੇਠੀ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜ੍ਹਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੇ ਬੱਚੇ ਆਪ ਜੀ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਆਪ ਜੀ ਦੇ ਨਾਮ ਨੂੰ ਉੱਚਿਆਂ ਚੁੱਕ ਰਹੇ ਹਨ। ਸ਼੍ਰੀਮਤੀ ਰਮਾ ਚੋਪੜਾ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਲੋੜਵੰਦਾਂ ਦੀ ਸਹਾਇਤਾ ਆਪ ਜੀ ਹਮੇਸ਼ਾ ਹੀ ਤਨੋ ਮਨੋ ਅਤੇ ਤਨੋ ਕਰਿਆ ਕਰਦੇ ਸਨ। ਸ਼੍ਰੀਮਤੀ ਰਮਾ ਚੋਪੜਾ ਜੀ ਬਹੁਤ ਹੀ ਮਿੱਠੀ ਬੋਲੀ ਅਤੇ ਮਿਲਾਪੜੇ ਸੁਭਾਅ ਦੇ ਮਾਲਿਕ ਸਨ। ਜੋ ਕੋਈ ਵੀ ਇੱਕ ਵਾਰ ਆਪ ਜੀ ਨਾਲ ਗੱਲ ਕਰ ਲੈਂਦਾ ਤਾਂ ਆਪ ਜੀ ਦਾ ਹੀ ਹੋ ਕੇ ਰਹਿ ਜਾਂਦਾ ਸੀ। ਸ਼੍ਰੀਮਤੀ ਰਮਾ ਚੋਪੜਾ ਜੀ ਦੀ ਫੁਲਵਾੜੀ ਖਵਾਹਿਸ਼, ਕ੍ਰਿਸ਼ਿਵ, ਸ਼ਿਨਾਇਆ ਅਤੇ ਚੰਦਰਾਂਸ਼ ਨਾਲ ਮਹਿਕ ਰਹੀ ਹੈ। Thank you.
Thank you.
ਉਪਰੰਤ ਪੰਡਿਤ ਜੀ ਵੱਲੋਂ ਜੀਵਨ ਅਤੇ ਮੌਤ ਦੀਆਂ ਸੱਚਾਈਆਂ ਬਾਰੇ ਚਾਨਣਾ ਪਾਉਂਦੇ ਹੋਏ ਸਭ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਸਿੱਖਿਆ ਦਿੱਤੀ। ਜ਼ਿਆਦਾ ਬਿਮਾਰ ਰਹੇ ਔਰ ਸਾਨੂੰ ਸਭ ਨੂੰ ਵਿਛੋੜਾ ਦੇ ਕੇ ਪ੍ਰਭੂ ਚਰਨਾਂ ਚ ਲੀਨ ਹੋ ਗਏ। ਔਰ ਮੈਂ ਸੁਣ ਰਿਹਾ ਸੀ ਕਿ ਕੁੰਦਾ ਹੈ ਕਿ ਪੁੱਤ ਕਹਿਣ ਕਿ ਅਸੀਂ ਇੰਨੀ ਸੇਵਾ ਕੀਤੀ, ਨੌਵਾਂ ਕਹਿਣ ਕਿ ਅਸੀਂ ਇੰਨੀ ਸੇਵਾ ਕੀਤੀ, ਤੇ ਫਿਰ ਬੰਦਾ ਕਹਿੰਦਾ ਜੀ ਆਪਣੇ ਕੋਲੋਂ ਕਹਿ ਰਹੇ ਕਿ ਜਦੋਂ ਦੂਜੇ ਕਹਿਣ ਨਾ ਕਿ ਪੁੱਤ ਸਰਵਣ ਪੁੱਤ ਹੈ, ਜਿੰਨੀ ਇਸ ਪੁੱਤ ਨੇ ਸੇਵਾ ਕੀਤੀ ਉਨੀ ਹੋਰ ਕੋਈ ਕਰ ਨਹੀਂ ਸਕਦਾ, ਤੇ ਫਿਰ ਯਕੀਨ ਕਰਨਾ ਉਸ ਪੁੱਤਰ ਦੀ ਪ੍ਰਸ਼ੰਸਾ ਕਰਨ ਲੱਗਿਆਂ ਵੀ ਮਨ ਖੁਸ਼ ਹੁੰਦਾ ਹੈ ਕਿ ਅੱਜ ਦੇ ਵੇਲੇ ਦੇ ਵਿੱਚ ਵੀ ਹੁਣ ਤਰਸੇਮ ਕਪੂਰ ਜੀ ਬੈਠੇ ਹੋਏ ਸੀ, ਅਨਾਥ ਆਸ਼ਰਮ ਚਲਾਉਂਦੇ ਨੇ, ਇਹਨਾਂ ਦੇ ਨਾਥ ਆਸ਼ਰਮ ਦੇ ਵਿੱਚ ਇੱਕ ਮੈਂ ਵੀਡੀਓ ਦੇਖ ਰਿਹਾ ਸੀ, ਬੜੇ ਬੜੇ ਬਜ਼ੁਰਗ ਨੇ, ਐਸੇ ਐਸੇ ਬਜ਼ੁਰਗ ਨੇ ਔਰ ਚੰਗੇ ਭਲੇ ਘਰਾਂ ਦੇ ਬਜ਼ੁਰਗ ਜਿਹੜੇ ਉੱਥੇ ਰਹਿ ਰਹੇ ਨੇ, ਜਿਹਨਾਂ ਨੂੰ ਪੁੱਤਰਾਂ ਨੇ ਨੌਵਾਂ ਨੇ ਘਰੋਂ ਕੱਢਿਆ ਹੋਇਆ। ਐਸੇ ਵੇਲੇ ਦੇ ਵਿੱਚ ਵੀ ਜੇ ਰਜੀਵ ਚੋਪੜਾ ਜੀ ਵਰਗੇ ਪੁੱਤਰ ਨੇ ਜਿਹਨਾਂ ਨੂੰ ਸਰਵਣ ਦੀ ਉਪਾਧੀ ਸਮਾਜ ਦੇ ਰਿਹਾ, ਜ਼ਰੂਰ ਕੋਈ ਨਾ ਕੋਈ ਗੁਣ ਹੋਵੇਗਾ, ਜ਼ਰੂਰ ਕੋਈ ਨਾ ਕੋਈ ਐਸਾ ਚੰਗਾ ਕਰਮ ਹੋਵੇਗਾ। ਮਾਤਾ ਜੀ ਜਿਹਨਾਂ ਦਾ ਜੀਵਨ ਜਿਹਦੇ ਤੋਂ ਉਹਨੇ ਮੈਡਮ ਮੰਤਰਾ ਜੀ ਚਾਨਣਾ ਪਾ ਰਹੇ ਸੀ ਕਿ ਬਹੁਤ ਧਾਰਮਿਕ ਪ੍ਰਵਿਰਤੀ ਦੇ ਸਮਾਜ ਦੀ ਸੇਵਾ ਕਰਨ ਵਾਲੇ, ਲੋਕਾਂ ਦੀ ਮਦਦ ਕਰਨ ਵਾਲੇ, ਲਗਭਗ 16 ਵਰੇ ਪਹਿਲੇ ਆਪਣੇ ਸਿਰ ਤੇ ਸਾਈਂ ਦਾ ਵਿਛੋੜਾ ਝੇਲਿਆ ਸਵਰਗੀ ਸ਼੍ਰੀ ਮਨਮੋਹਨ ਚੋਪੜਾ ਜੀ, ਜੋ ਕਿ ਮਨਮੋਹਨ ਚੋਪੜਾ ਜੀ ਜਿਹਨਾਂ ਦਾ ਸਮਾਜ ਵਿੱਚ ਬਹੁਤ ਵੱਡਾ ਨਾਮ, ਬਹੁਤ ਵੱਡੀ ਪ੍ਰਤਿਸ਼ਠਾ ਸੀ। ਮੈਡਮ ਸੀਮਾ ਮਹਿਤਾ ਜੀ, ਸ਼ਰਮਾ ਕਰਨ ਜੀ, ਤੋ ਸਵਰਗੀ ਸ਼੍ਰੀ ਮਨਮੋਹਨ ਚੋਪੜਾ ਜੀ 16 ਵਰੇ ਪਹਿਲੇ ਉਹ ਵਿਛੋੜਾ ਦੇ ਗਏ। ਮਨਮੋਹਨ ਚੋਪੜਾ ਜੀ ਜੋ ਕਿ ਪੂਰਵ ਭਾਨ ਸਿੰਘ ਚੱਲ ਸੀਗੇ ਰਾਸ਼ਟਰ ਸਵੈ ਸੇਵਕ ਸੰਘ ਦੇ, ਰਾਸ਼ਟਰ ਸਵੈ ਸੇਵਕ ਸੰਘ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ, ਆਪਣਾ ਪੂਰਾ ਜੀਵਨ ਸਮਰਪਿਤ ਕੀਤਾ ਹੋਇਆ ਇਸ ਪਰਿਵਾਰ ਨੇ ਸਮਾਜ ਦੀ, ਦੇਸ਼ ਦੀ, ਕਿਉਂਕਿ ਸੰਘ ਦੀ ਸ਼ਿਕਸ਼ਾ ਹੈ ਕਿ ਸਮਾਜ ਦੀ ਸੇਵਾ, ਦੇਸ਼ ਦੀ ਸੇਵਾ, ਸਮਾਜ ਔਰ ਦੇਸ਼ ਔਰ ਧਰਮ ਸੰਘ ਦੀ ਸ਼ਿਕਸ਼ਾ ਦੇ ਸਰਵੋਪਰਿ ਹੁੰਦਾ ਹੈ ਔਰ ਪਰਿਵਾਰ ਵੀ ਉਸੇ ਰਸਤੇ ਤੇ ਚੱਲਣ ਵਾਲਾ। ਸ਼੍ਰੀ ਸਵਰਗੀ ਮਨਮੋਹਨ ਚੋਪੜਾ ਜੀ ਜਿਨ੍ਹਾਂ ਨੇ ਨਵ ਭਾਰਤ ਸਪੋਰਟਸ, ਨਵ ਭਾਰਤ ਏਜੰਸੀ ਦੇ ਨਾਮ ਤੋਂ ਆਪਣਾ ਵਿਵਸਾਏ ਚਲਾਇਆ, ਸਮਾਜ ਵਿੱਚ ਬਹੁਤ ਵੱਡਾ ਨਾਮ ਸਥਾਪਿਤ ਕੀਤਾ, ਦੇਸ਼ ਦੀ ਸਮਾਜ ਦੀ ਬੜੀ ਸੇਵਾ ਕੀਤੀ। ਲਗਭਗ 16 ਵਰੇ ਪਹਿਲੇ ਮਾਤਾ ਜੀ ਨੇ ਉਹਨਾਂ ਦਾ ਵਿਛੋੜਾ ਝੇਲਿਆ। ਅੱਜ ਮਾਤਾ ਜੀ ਦੇ ਜਾਣ ਮਗਰੋਂ ਬੇਟੇ ਸ਼੍ਰੀ ਰਣਜੀਤ ਚੋਪੜਾ ਜੀ ਜੋ ਕਿ
ਪੂਰਵ ਮਹਾਂਮੰਤਰੀ ਨੇ ਜ਼ਿਲ੍ਹਾ ਭਾਜਪਾ ਜਲੰਧਰ ਦੇ ਔਰ ਅਧਿਕਸ਼ ਪੂਰਵ ਯੁਵਾ ਮੋਰਚਾ ਜਲੰਧਰ ਭਾਰਤੀ ਜਨਤਾ ਪਾਰਟੀ ਉਹਦੇ ਪੂਰਵ ਅਧਿਕਸ਼ ਵੀ ਨੇ ਬਹੂ ਸ਼੍ਰੀਮਤੀ ਸੰਗੀਤਾ ਚੋਪੜਾ ਜੀ ਬੇਟੇ ਨੇ ਬਹੂ ਨੇ ਜਿੰਨੀ ਕੁ ਸੇਵਾ ਕੀਤੀ ਹੈ। ਮੈਂ ਰਾਜੀਵ ਜੀ ਦੀ ਇਸ ਗੱਲੋਂ ਵੀ ਪ੍ਰਸ਼ੰਸਾ ਕਰਦਾ ਕਿ ਸਵਯੰ ਦੀ ਅਸਵਸਥਤਾ ਨਾ ਦੇਖਦੇ ਹੋਏ ਵੀ ਆਪਣਾ ਸਰੀਰ ਠੀਕ ਨਹੀਂ ਉਹਦਾ ਧਿਆਨ ਨਹੀਂ ਰੱਖਿਆ, ਲੇਕਿਨ ਮਾਂ ਦੀ ਸੇਵਾ ਕਰਨਾ ਇਹ ਜ਼ਰੂਰੀ ਸਮਝਿਆ, ਮਾਂ ਦੀ ਸੇਵਾ ਦੇ ਵਿੱਚ ਆਪਣਾ ਵੱਧ ਤੋਂ ਵੱਧ ਸਮਾਂ ਬਿਤਾਇਆ। ਬੇਟੀ ਸ਼੍ਰੀਮਤੀ ਰਜਤ ਚੰਦਰ ਜੀ, ਜਾਈ ਸ਼੍ਰੀ ਅਨਿਲ ਚੰਦਰ ਜੀ, ਕੁਲਦੀਪ ਜਵੈਲਰਸ ਜਲੰਧਰ, ਸਮਾਜ ਵਿੱਚ ਬੜਾ ਵੱਡਾ ਨਾਮ ਹੈ, ਬੜੀ ਵੱਡੀ ਪ੍ਰਤਿਸ਼ਠਾ ਹੈ। ਦੂਸਰੀ ਬੇਟੀ ਸ਼੍ਰੀਮਤੀ ਰੰਜੂ ਸੇਠੀ, ਜਮਾਈ ਸ਼੍ਰੀ ਯਸ਼ਪਾਲ ਸੇਠੀ ਜੀ, ਸੇਠੀ ਟ੍ਰੇਡਿੰਗ ਕਾਰਪੋਰੇਸ਼ਨ ਟਾਂਡਾ ਰੋਡ ਜਲੰਧਰ ਵਿੱਚ, ਸਮਾਜ ਵਿੱਚ ਬੜਾ ਵੱਡਾ ਨਾਮ ਹੈ, ਬੜੀ ਵੱਡੀ ਪ੍ਰਤਿਸ਼ਠਾ ਹੈ। ਪੋਤਰੇ ਸ਼੍ਰੀ ਵਿਦੂ ਚੋਪੜਾ ਜੀ, ਪੋਤਰੇ ਵੱਲੋਂ ਸ਼੍ਰੀਮਤੀ ਰਿਧਿਮਾ ਚੋਪੜਾ, ਪੋਤਰੇ ਸ਼੍ਰੀ ਵਰੁਣ ਚੋਪੜਾ ਜੀ, ਬਹੂ ਸ਼੍ਰੀਮਤੀ ਨਿਸ਼ਾ ਚੋਪੜਾ ਜੀ, ਦੋਤਰੇ ਪ੍ਰਣਵ ਚਤਰਥ, ਬਹੂ ਪੂਜਾ ਚਤਰਥ, ਦੋਤਰੀ ਸ਼ਵੇਤਾ ਗੁਪਤਾ, ਜਮਾਈ ਵਰੁਣ ਗੁਪਤਾ ਜੀ, ਦੋਤਰੀ ਨੁਪੁਰ ਸੱਭਰਵਾਲ, ਜਮਾਈ ਕੁਨਾਲ ਸੱਭਰਵਾਲ ਜੀ, ਦੋਤਰੀ ਕਸ਼ਿਸ਼ ਤਲਵਾਰ, ਮਾਈ ਸ਼੍ਰੀ ਅਸ਼ਰੈ ਤਲਵਾਰ ਜੀ, ਸਾਰੇ ਪਰਿਵਾਰ ਸਮਾਜ ਵਿੱਚ ਬੜਾ ਵੱਡਾ ਨਾਮ ਰੱਖਣ ਵਾਲਾ, ਬੜੀ ਵੱਡੀ ਪ੍ਰਤਿਸ਼ਠਾ ਰੱਖਣ ਵਾਲਾ ਪਰਿਵਾਰ ਹੈ। ਔਰ ਅੱਜ ਦਾ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਸਮਾਜ ਵਿੱਚ ਇਸ ਪਰਿਵਾਰ ਨੇ ਕਿੰਨੇ ਚੰਗੇ ਕੰਮ ਕੀਤੇ ਹੋਏ ਨੇ, ਕਿੰਨੇ ਲੋਕਾਂ ਦਾ ਸਾਥ ਦਿੱਤਾ ਹੈ, ਕਿੰਨੇ ਲੋਕਾਂ ਦੇ ਨਾਲ ਮੁਸ਼ਕਲ ਵਿੱਚ ਕਦਮ ਨਾਲ ਕਦਮ ਨਾਲ ਚਲਾਇਆ। ਅੱਜ ਇੱਕ ਮਾਂ ਦਾ ਵਿਛੋੜਾ ਹੈ, ਇੱਕ ਸ਼ਾਇਰ ਨੇ ਕੁਛ ਸ਼ਬਦ ਕਹੇ ਮਾਂ ਦੇ ਉੱਤੇ, ਏਡੀਆਂ ਬੂੜੀਆਂ ਜਗ ਤੇ ਛਾਵਾਂ ਲੱਭਦੀਆਂ ਹੋਰ ਕਿਸੇ ਕੋ
ਹੋਰ ਕਿਸੇ ਤੋਂ ਇੰਜ ਵਫਾਵਾਂ ਲੱਗਦੀਆਂ ਨਹੀਂ। ਤੁਰ ਜਾਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਤੁਰ ਜਾਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਮੰਦਾ ਮੂੰਹ ਚੋਂ ਬੋਲ ਜੇ ਨਿਕਲੇ ਟੋਕਦੀਆਂ, ਪੁੱਤਰ ਮਾੜੀ ਜੀ ਕਿਸੇ ਨੂੰ ਗਾਲ ਕੱਢੇ ਕੋਈ ਮੰਦਾ ਬਚਨ ਬੋਲੇ ਨਾ, ਮਾਂ ਝੱਟਦਾ ਨਹੀਂ ਰੋਕਦੀਆਂ ਨਾ, ਗੰਦੀ ਗੱਲ ਹੈ, ਕਿੱਦਾਂ ਨਹੀਂ ਬੋਲਣਾ, ਕਿੱਦਾਂ ਨਹੀਂ ਬੋਲਣਾ। ਮਨ ਦਾ ਮੂੰਹ ਚੋਂ ਬੋਲ ਜੇ ਨਿਕਲੇ ਟੋਕਦੀਆਂ, ਗੰਦੀ ਮਾੜੀ ਥਾਂ ਤੋਂ ਮਾਵਾਂ ਰੋਕਦੀਆਂ। ਮੁਕਤ ਚੇਡੀਆਂ ਮੁਕਤ ਚੇਡੀਆਂ ਨੇਕ ਸਲਾਮਾਂ ਲੱਭਦੀਆਂ ਨਹੀਂ, ਤੁਰ ਜਾਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਤੁਰ ਜਾਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਮਾਂ ਦੇ ਵਾਂਗੂ ਕਿੰਨੇ ਦਰਦ ਵੰਡਾਉਣਾ ਹੈ, ਜਿਹੜਾ ਦੁੱਖ ਮਾਂ ਦੇ ਨਾਲ ਸਾਂਝਾ ਕੀਤਾ ਜਾ ਸਕਦਾ, ਧਿਆਨ ਰੱਖਣਾ ਪੁੱਤਰ ਧੀਆਂ ਉਹ ਆਪਣੇ ਪਿਓ ਨਾਲ ਵੀ ਸਾਂਝਾ ਨਹੀਂ ਕਰ ਸਕਦੇ, ਉਹ ਆਪਣੇ ਪਿਓ ਨਾਲ ਵੀ ਸਾਂਝਾ ਨਹੀਂ ਕਰ ਸਕਦੇ। ਕਹਿੰਦਾ ਮਾਂ ਦੇ ਵਾਂਗੂ ਕਿੰਨੇ ਦਰਦ ਵੰਡਾਉਣਾ ਐਵੇਂ ਬੂਆ ਖੜਕਿਆ ਕਿੰਨੇ ਆਉਣਾ ਹੈ, ਲੱਭਦੀਆਂ ਨਹੀਂ। ਤੁਰ ਜਾਣ ਇੱਕ ਵਾਰ ਜੇ ਮਾਵਾਂ ਲੱਭਦੀਆਂ ਨਹੀਂ, ਤੁਰ ਜਾਣ ਇੱਕ ਵਾਰ ਜੇ ਮਾਵਾਂ ਲੱਭਦੀਆਂ ਨਹੀਂ। ਮਾਂ ਦਾ ਸ਼ਾਤਰ ਅੰਤ ਵਿਛੋੜਾ ਸਹਿਣਾ ਹੈ, ਕਹਿੰਦਾ ਮਾਂ ਦਾ ਵਿਛੋੜਾ ਸਹਿਣੀ ਪੈਣਾ, ਕਿਉਂ, ਕਿਉਂਕਿ ਮਾਂ ਪਹਿਲੇ ਜੰਮੀ ਹੈ, ਉਮਰ ਚ ਵੱਡੀ ਹੈ, ਪਹਿਲੇ ਆਈ ਹੈ, ਤੇ ਸੰਸਾਰ ਦਾ ਦਸਤੂਰ ਹੈ ਜਿਹੜਾ ਪਹਿਲੇ ਆਇਆ ਹੈ ਉਹਨੇ ਪਹਿਲੇ ਹੀ ਜਾਣਾ, ਪਹਿਲੇ ਕਹਿੰਦਾ ਮਾਂ ਦਾ ਸ਼ਾਤਰ ਅੰਤ ਛੋੜਾ ਸਹਿਣਾ ਏ, ਫਿਰ ਆਪੇ ਡਿੱਗਣਾ ਆਪੇ ਉੱਠਣਾ ਪੈਣਾ ਏ। ਜਦ ਤੱਕ ਮਾਂ ਜਿਉਂਦੀ ਹੈ ਨਾ ਪੁੱਤਰ ਦੌੜਿਆ ਜਾਂਦਾ ਹੈ, ਕਿਤੇ ਡਿੱਗ ਪਿਆ ਮਾਂ ਚੱਕਦਾ ਨਹੀਂ, ਪੱਟੀ ਜਾਂਦੀ ਚੁੱਕ ਕੇ ਉਹਨੂੰ ਸੀਨੇ ਨਾਲ ਲਾ ਲੈਂਦੀ, ਹਾਏ ਮੇਰੇ ਪੁੱਤਰ ਕਿਤੇ ਸੱਟ ਤਾਂ ਨਹੀਂ ਲੱਗੀ, ਕੁਝ ਹੋਇਆ ਤਾਂ ਨਹੀਂ। ਪਰ ਕਹਿੰਦਾ ਜਦੋਂ ਮਾਂ ਤੁਰ ਗਈ ਤੇ ਕਿਸੇ ਵੀ ਸੀਨੇ ਨਾਲ ਨਹੀਂ ਲਾਉਣਾ, ਕਹਿੰਦਾ ਫਿਰ ਆਪੇ ਡਿੱਗਣਾ ਆਪੇ ਉੱਠਣਾ ਪੈਣਾ ਹੈ। ਜਿਉਂਦਾ ਰਹਿ ਮੇਰਿਆ ਬੱਚਿਆ, ਇਹ ਸ਼ੀਵਨ ਕੌਣ ਦਿੰਦਾ, ਇਹ ਅਸੀਸ ਕੌਣ ਦਿੰਦਾ, ਇਹ ਅਸੀਸ ਹਮੇਸ਼ਾ ਮਾਂ ਦੇ ਮੂੰਹ ਚੋਂ ਨਿਕਲਦੀ, ਮਾਂ ਦੇ ਮੂੰਹ ਚੋਂ, ਹੋਰ ਕਿਸੇ ਦੇ ਮੂੰਹ ਚੋਂ ਇਹ ਸੱਚੀ ਅਸੀਸ ਨਹੀਂ ਨਿਕਲਦੀ ਜਿਹੜੀ ਮਾਂ ਦੇ ਮੂੰਹ ਚੋਂ ਨਿਕਲਦੀ। ਕਹਿੰਦਾ ਜਿਉਂਦਾ ਰਹਿ ਮੇਰਿਆ ਬੱਚਿਆ ਦੀਆਂ ਫੇਰ ਸਦਾਵਾਂ ਲੱਭਣੀਆਂ ਨਹੀਂ, ਤੁਰ ਜਾਣ ਇੱਕ ਵਾਰ ਜੇ ਮਾਵਾਂ ਲੱਭਣੀਆਂ ਨਹੀਂ।
ਨੇ ਜਿਹਨਾਂ ਧੀਆਂ ਦੀ ਮਾਂ ਟੁੱਟ ਜਾਂਦੀ ਹੈ, ਸ਼ਾਇਦ ਮੈਂ ਉਹਦੇ ਬਾਰੇ ਦੋ ਸ਼ਬਦ ਕਹੇ। ਕਹਿੰਦਾ ਮਾਂ ਮਰੇ ਤੇ ਪੇਕੇ ਮੁੱਕ ਗਏ। ਧੀਆਂ ਦੇ ਪੇਕੇ ਕਿਹਦੇ ਨਾਲ ਹੁੰਦੇ ਨੇ? ਧੀਆਂ ਦੇ ਪੇਕੇ ਧਿਆਨ ਰੱਖਣਾ ਉਹਨਾਂ ਦੀਆਂ ਮਾਵਾਂ ਦੇ ਨਾਲ ਹੁੰਦੇ ਨੇ। ਜੋ ਦੁੱਖ ਸੁੱਖ ਧੀਆਂ ਆਪਣੀ ਮਾਂ ਨਾਲ ਸਾਂਝਾ ਕਰ ਲੈਂਦੀਆਂ ਉਹ ਆਪਣੇ ਘਰਾਂ ਦੇ ਨਾਲ ਵੀ ਸਾਂਝਾ ਨਹੀਂ ਕਰ ਸਕਦੀਆਂ। ਕਹਿੰਦਾ ਮਾਂ ਮਰੇ ਤੇ ਪੇਕੇ ਮੁੱਕ ਗਏ, ਪਿਓ ਮਰੇ ਘਰ ਵੇਲਾ, ਸ਼ਾਲਾ ਮਰਨ ਨਾ ਵੀਰ ਕਿਸੇ ਦੇ, ਉਜੜ ਜਾਂਦਾ ਜੇ ਮੇਲਾ, ਉਜੜ ਜਾਂਦਾ ਜੇ ਮੇਲਾ। ਪੁੱਤਰ ਜਿਨਾ ਦੇ ਤੁਰ ਜਾਂਦੇ ਨੇ ਕਦ ਉਹ ਰੋਂਦੇ ਥੋੜਾ, ਸਭ ਰੋਗਾਂ ਤੋਂ ਰੋਗ ਹੈ ਡਾਟਾ ਜਿਸਦਾ ਨਾਮ ਵਿਛੋੜਾ। ਮਾਂ ਪੇ ਬੈਠੇ ਨੇ ਜੇ ਉਹਨਾਂ ਦੀ ਸੇਵਾ ਕਰ ਲਈ
ਸਾਰੀਆਂ ਸੇਵਾ ਆਪੇ ਪੂਰੀਆਂ ਹੋ ਜਾਣਗੀਆਂ, ਆਪੇ ਪੂਰੀਆਂ ਹੋ ਜਾਣਗੀਆਂ। ਇਸ ਕਰਕੇ ਆਪਣੇ ਮਾਂ ਪਿਆਂ ਦੀ ਸੇਵਾ ਕਰੋ। ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਰਾਜਨੀਤਿਕ, ਧਾਰਮਿਕ, ਸਮਾਜਿਕ ਸਾਰੇ ਆਗੂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਤਿਆਰੇ ਨੇ ਸਾਰਿਆਂ ਲਈ, ਕਿਉਂਕਿ ਪਹਿਲਾਂ ਪਹਿਲਾਂ ਜੀ ਸਮਾਜ ਦੇ ਵਿੱਚ ਆਪਣਾ ਬੜਾ ਨਾਂ ਰੱਖਦਾ ਹੈ, ਆਪਣੀ ਬੜੀ ਪ੍ਰਤਿਸ਼ਠਾ ਰੱਖਦਾ ਹੈ। ਕੋਈ ਵੀ ਐਸਾ ਵਿਅਕਤੀ ਨਹੀਂ ਸਮਾਜ ਦੇ ਵਿੱਚ ਜਿਹੜਾ ਕੋਈ ਛੋਟਾ ਹੋਵੇ। ਜਿੰਨਾ ਵੀ ਪੱਖ ਮੈਂ ਦੇਖ ਰਿਹਾ, ਸਾਰੇ ਸ਼ਹਿਰ ਦੀ ਅਗਰੀਮੈਂਟ 'ਤੇ ਬੈਠੀ ਹੈ, ਸਾਰੇ ਸ਼ਹਿਰ ਦੇ ਟੋਪ ਦੇ ਰਾਜਨੀਤਿਕ, ਸਮਾਜ ਸੇਵਕ, ਧਾਰਮਿਕ ਸਾਰੇ ਆਗੂ ਇੱਥੇ ਬੈਠੇ ਨੇ। ਕਈ ਸੰਸਥਾਵਾਂ ਦੇ ਸ਼ੋਕ ਸੰਦੇਸ਼ ਵੀ ਆਏ ਨੇ। ਮੈਂ ਉਸ ਤੋਂ ਪਹਿਲੇ ਬੀਡੀਆ ਰਾਣੀ ਨੇ ਜੋ ਸ਼ਰਧਾਂਜਲੀ ਦੇਣੀ ਹੈ ਮਾਤਾ ਜੀ ਨੂੰ, ਸੁਸ਼੍ਰੀ ਕਸ਼ਿਸ਼ ਤਲਵਾਰ, ਮੈਂ ਬੀਡੀਆ ਨੂੰ ਕਹਾਂਗਾ ਕਿ ਉਹ ਮਾਤਾ ਜੀ ਨੂੰ ਆਪਣੀ ਸ਼ਰਧਾਂਜਲੀ ਸਮਰਪਿਤ ਕਰਨ। ਕਸ਼ਿਸ਼ ਤਲਵਾਰ, हमारी लंबी उम्र की दुआएं लेके खुद ही कहीं गुम हो गई, घर आते ही अपने हाथ की शिकंजी दे दी, आज अपने से मिलने की प्यास छोड़ गई। बचपन में शेर आया की कहानियां सुना के आज तुम भी एक कहानी सी हो गई। अपने हाथों से खाना खिला खिला आज हमेशा के लिए भूखा ही छोड़ गई। वापस घर को जाते समय मुंह धो के बाल बना के जाने को कहते और खुद बिन कुछ बोले बिना बताए हमारी दुनिया से ही चले गए। कभी अपने घर से खाली हाथ ना जाने दिया, आज क्यों हमारी झोली खाली सी कर गई। हमेशा हम पे बरसात की बरसात करके अब कानों में बस अपनी आवाज की गूंज दे गए। नानी मां कैसी है तू? आज मैं तहे दिल से उस ईश्वर का शुक्रिया करती हूँ जिसने नानी माँ को हमारी जिंदगी में भेजा, हमें उनका बेशुमार प्यार दिलवाया और हमें उनकी बेटी बनाया। लव यू ऑलवेज माय डियरेस्ट नानी माँ, वी ऑल विल मिस यू डियरली। आज मेरी बड़ी बहन नूपुर भी कुछ बोलने को उताव रही थी पर वो नहीं बोल सकते, उसका नानी माँ के साथ कुछ अलग ही लाव जुड़ते थे। जब उसको डेंगू हुआ और सारे डॉक्टर्स ने जवाब दे दिया था 7th month प्रेगनेंसी में, नानी माँ की लंग्स में निमोनिया का पैच उसी वक्त आ गया था। बट दोनों ठीक है, वो टाइम कटा गुजारा। अभी भी जैसे वो नूपुर की वेट करके ही गए थे, नूपुर वापस इंडिया आए और वो चले गए। आप सबका मेरे नानी माँ के लिए आने का शुक्रिया, बहुत तहे दिल से थैंक यू। आपको भगवान जी बहुत 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 लंबी उम्र दे, बहुत ब्लेसिंग दे, थैंक यू। पंडित जी मेरा बहुत मार्मिक शब्दों के नाम माता जी नूं दित्ता है, शब्दों नूं मुलाकात कीते ते माँ दी महिमा दा ज्ञान समझ लिया। ਹੁਣ ਇਹ ਬੱਚੀ ਬੋਲਦੀ ਸੀ ਨਾਨੀ ਮਾਂ ਵਾਸਤੇ। ਮੈਂ ਲਗਭਗ 40 ਸਾਲ ਤੋਂ ਮੇਰੇ ਪਰਿਵਾਰ ਨਾਲ ਪਰਿਵਾਰਕ ਸਾਰਾ ਹੈ, ਸਵਰਗਵਾਸੀ ਸ਼੍ਰੀ ਮਨਮੋਹਨ ਚੋਪੜਾ ਜੀ, ਸਮਾਜ ਨੂੰ ਬਹੁਤ ਦੇਣ ਸੀ ਉਹਨਾਂ ਦੀ। ਆਪਣੇ ਕਾਰੋਬਾਰ ਨੂੰ ਸੀਮਿਤ ਰੂਪ 'ਚ ਰੱਖਦੇ ਸੀ ਪਰ ਸੰਬੰਧਾਂ ਨੂੰ ਅਸੀਮਤ ਰੂਪ 'ਚ ਰੱਖਦੇ ਸੀ।
ਸਮਾਜਿਕ ਚੇਤਨਾ ਦੇ ਵਿੱਚ ਜਿਹੜਾ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਅੰਦੋਲਨ ਹੈ ਉਹਦੇ ਉਹ ਇੱਕ ਬਹੁਤ ਵੱਡੇ ਆਗੂ ਸੀ ਸ਼ਹਿਰ ਦੇ। ਉਸ ਪਰੰਪਰਾ ਨੂੰ ਚਲਾਉਂਦੇ ਹੋਏ ਰਜੀਵ ਜੀ ਅੱਗੋਂ ਉਹਨਾਂ ਦੇ ਬੱਚੇ ਸਮਾਜ ਦੀ ਉਸੇ ਰੂਪ 'ਚ ਸੇਵਾ ਕਰ ਰਹੇ ਹੈ। ਔਰ ਮਾਂ ਦੇ ਬਾਰੇ ਇੱਕ ਸ਼ਾਇਰ ਨੇ ਦੋ ਸ਼ਬਦਾਂ 'ਚ ਮਾਂ ਦੀ ਮਹਿਮਾ ਦਾ ਪ੍ਰਦਾਨ ਕੀਤਾ। ਉਹ ਕਹਿੰਦਾ, ਮਾਂ ਸੇ ਬੜਾ ਸ਼ਬਦ ਦੁਨੀਆਂ ਮੇਂ ਕੋਈ ਨਹੀਂ ਔਰ ਮਾਂ ਸੇ ਛੋਟਾ ਸ਼ਬਦ ਵੀ ਦੁਨੀਆਂ ਮੇਂ ਕੋਈ ਨਹੀਂ। ਉਹਦੇ ਕਹਿਣ ਦਾ ਮਤਲਬ ਹੈ ਕਿ ਮਾਂ ਸ਼ਬਦ ਜਿਹੜਾ ਦੁਨੀਆਂ 'ਚ ਸਭ ਤੋਂ ਛੋਟਾ ਸ਼ਬਦ ਹੈ, ਪਰ ਮਾਂ ਸ਼ਬਦ ਤੋਂ ਵੱਡਾ ਸ਼ਬਦ ਪੂਰੀ ਦੁਨੀਆਂ 'ਚ ਨਹੀਂ ਹੈ। ਪਰਿਵਾਰ ਨੂੰ ਤਾਂ ਘਾਟਾ ਹੈ ਹੀ ਹੈ, ਇਹਨਾਂ ਦੇ ਜਾਣ ਦਾ ਘਾਟਾ ਭਾਰਤੀ ਜਨਤਾ ਪਾਰਟੀ, ਰਾਸ਼ਟਰੀ ਸਵੈਮ ਸੇਵਕ ਸੰਘ ਔਰ ਸਪੋਰਟਸ ਇੰਡਸਟਰੀ ਨੂੰ ਵੀ ਵਿਸ਼ੇਸ਼ ਰੂਪ ਨਾਲ ਹੈ, ਕਿਉਂਕਿ ਸਪੋਰਟਸ ਇੰਡਸਟਰੀ ਦੇ ਨਾਲ ਪਰਿਵਾਰ ਦੀ ਵਪਾਰਕ ਸਾਂਝ ਨਹੀਂ ਹੈ, ਪਰਿਵਾਰਕ ਸਮਾਜਿਕ ਸਾਂਝ ਵੀ ਹੈ। ਮੈਂ ਰਜੀਵ ਜੀ ਦੇ ਨਾਲ ਤਾਂ ਬਹੁਤ ਸਮੇਂ ਤੋਂ ਲਗਭਗ 40 ਸਾਲ ਤੋਂ ਮੇਰੀ ਸਾਂਝ ਹੈ, ਪਰ ਮੈਨੂੰ ਯਾਦ ਹੈ ਕਿ ਜਦੋਂ ਮੈਂ ਸਪੋਰਟਸ ਇੰਡਸਟਰੀ ਦੇ ਵਿੱਚ ਆਇਆ ਤਾਂ ਮੈਂ ਪ੍ਰਾਪ ਮਟੀਰੀਅਲ ਵਾਸਤੇ ਇੰਡਸਟਰੀ ਜ਼ਰੀਏ ਨਾਮ ਭਗਤ ਸਪੋਰਟਸ 'ਤੇ ਗਿਆ ਅਤੇ ਮੈਨੂੰ ਉਹ ਕਹਿਣ ਲੱਗੇ ਪੜੋਸੀ ਦੁਕਾਨਦਾਰ, ਕਹਿੰਦੇ ਜੀ ਇਹ ਤਾਂ ਇੰਨੇ ਵਜੇ ਦੁਕਾਨ ਖੁੱਲ੍ਹੇ। ਮੈਂ ਨਵਾਂ ਨਵਾਂ ਸੀਗਾ, ਮੈਨੂੰ ਤਾਂ ਸਮਝ ਨਹੀਂ ਸੀ। ਮੈਂ ਦੁਬਾਰਾ ਗਿਆ ਜਦੋਂ ਸਮਾਨ ਲੈਣ ਤਾਂ ਉਹ ਕਹਿੰਦੇ, ਬੇਟਾ ਮੈਂ ਤਾਂ ਸੰਗਤ ਦੇ ਕੰਮ ਗਿਆ ਸੀ, ਮੇਰਾ ਮਤਲਬ ਆਪਣਾ ਕਾਰੋਬਾਰ ਛੱਡ ਕੇ ਆਪਣੀ ਦੁਕਾਨ ਨੂੰ ਤਾਲਾ ਲਾ ਕੇ ਸਮਾਜ ਦੇ ਕੰਮ ਲਈ ਜਾਣਾ, ਇਹ ਪਰਿਵਾਰ ਦੀ ਪਰੰਪਰਾ ਪੂਰੇ ਪਰੰਪਰਾ ਬਣੀ ਰਹੇ। ਮਾਤਾ ਜੀ ਦੇ ਜਾਣ ਦਾ ਪਰਿਵਾਰ ਦੇ ਨਾਲ ਨਾਲ ਸਾਨੂੰ ਵੀ ਓਨਾ ਹੀ ਦੁੱਖ ਹੈ, ਓਨਾ ਹੀ ਸ਼ੌਕ ਹੈ। ਮੈਂ ਪਰਮ ਪਿਤਾ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਜਿੱਥੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਨ, ਉੱਥੇ ਪਰਿਵਾਰ ਨੂੰ ਇਹ ਸ਼ਕਤੀ ਦੇ ਕਿ ਜਿਹੜੀ ਪਰੰਪਰਾ ਚੱਲਦੀ ਆ ਰਹੀ ਹੈ ਉਹਨੂੰ ਇੱਦਾਂ ਹੀ ਚਲਾਉਂਦੇ ਰਹਿਣ। ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਨੇ ਦਿੱਤਿਆਂ ਇਹਨਾਂ ਦਾ ਦੁੱਖ ਘਟਾਉਣ ਦੇ ਆਭਾਰ ਪ੍ਰਗਟ ਕਰਦਾ। ਜੈ ਸ਼੍ਰੀ ਕ੍ਰਿਸ਼ਨ।